गैंगस्टर लॉरेंस बिश्नोई नू गुजरात पुलिस दे वल्लों कस्टडी च लै लिया गया मोहाली एयरपोर्ट के जरिए। जो गैंगस्टर लॉरेंस बिश्नोई है उसनु गुजरात ले जाया जा रहा है। दस दी कि इस दीआं तस्वीरां भी सामने आई हैं, मोहाली एयरपोर्ट दीआं तस्वीरां जिथे भारी सुरक्षा दे हेठ गैंगस्टर नू ले जाया जा रहा। होर ज़्यादा जानकारी लै लैंदे हां मेरे सहयोगी नील कोलों। नील, जो एक गैंगस्टर लॉरेंस बिश्नोई है इसनु गुजरात ले जाया जा रहा, किहड़े मामले दे विच ले जाया जा रहा? पिछले साल सितंबर का साल 2022 का मामला है जी, जदों अरब सागर तो एक किश्ती जड़ी आई सी, अल-तयासा किश्ती का नाम सी जी। उस च 6 जने सवार सन ते उस च 34 किलो हैरोइन एटीएस गुजरात ते कास्ट गार्ड ने कोस्ट गार्ड ने जड़ा है वो बरामद की सी ते 6 पाकिस्तानी नागरिक जड़े ने गिरफ्तार हुए सी। उस च 34 किलो हैरोइन की जड़ी अंतरराष्ट्रीय बाजार च कीमत 194 करोड़ उदों जड़ी आंकी गई सी। ਤੇ ਜਿਹੜੇ 6 ਜਣੇ ਗ੍ਰਿਫਤਾਰ ਕੀਤੇ ਗਏ ਸੀ ਪਾਕਿਸਤਾਨੀ ਨਾਗਰਿਕ, ਉਹਨਾਂ 'ਚ ਇੱਕ ਅਬਦੁੱਲਾ ਨਾਮ ਦਾ ਬੰਦਾ ਸੀ। ਜਦੋਂ ਇੰਟਰੋਗੇਸ਼ਨ 'ਚ ਉਹਨੂੰ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਇਹ ਜਿਹੜੀ ਹੈਰੋਇਨ ਹੈ ਇਹ ਖੇਪ ਹੈ, ਇਹ ਲਾਰੈਂਸ ਬਿਸ਼ਨੋਈ ਦੇ ਕਹਿਣ ਤੇ ਲਿਆਂਦੀ ਜਾ ਰਹੀ ਹੈ। ਉਸਨੇ ਜਦੋਂ ਨਾਮ ਲੈ ਦਿੱਤਾ ਸੀ ਤਾਂ ਉਦੋਂ ਵੀ ਜਿਹੜਾ ਹੈ ਗੁਜਰਾਤ ਏਟੀਐਸ ਨੇ ਲਾਰੈਂਸ ਬਿਸ਼ਨੋਈ ਤੋਂ ਕਸਟੋਡੀਅਲ ਇੰਟਰੋਗੇਸ਼ਨ ਕੀਤੀ ਸੀ। ਉਸ ਤੋਂ ਬਾਅਦ ਜਿਹੜਾ ਹੈ ਲਾਰੈਂਸ ਦੇ ਉੱਤੇ, ਕਿਉਂਕਿ ਆਲਰੇਡੀ ਸਿੱਧੂ ਮੂਸੇਵਾਲਾ ਹੱਤਿਆ ਕੇਸ ਉਸ ਤੋਂ 3 ਮਹੀਨੇ ਪਹਿਲਾਂ ਹੋ ਚੁੱਕਾ ਸੀ, ਹੋਰ ਕੇਸ ਸਨ ਤੇ ਉਹ ਦਿੱਲੀ ਪੁਲਿਸ ਨੂੰ ਵੀ ਲੋੜੀਂਦਾ ਸੀ, ਪੰਜਾਬ ਪੁਲਿਸ ਨੂੰ ਵੀ ਲੋੜੀਂਦਾ ਸੀ, ਈਵਨ ਕਿ ਹੋਰ ਥਾਵਾਂ ਤੇ ਵੀ ਉਹ ਵਾਂਟਡ ਹੈ। ਤਾਂ ਉਸ ਨੂੰ ਸਮੇਂ-ਸਮੇਂ ਤੇ ਵੱਖ-ਵੱਖ ਜ਼ਿਲ੍ਹਿਆਂ 'ਚ ਲਿਜਾਇਆ ਗਿਆ, ਵੱਖ-ਵੱਖ ਸਟੇਟਾਂ ਦੀ ਪੁਲਿਸ ਜਿੱਥੇ-ਜਿੱਥੇ ਲੋੜੀਂਦਾ ਸੀ ਉਹ ਲਿਜਾਉਂਦੇ ਰਹੇ। ਪਰ ਹੁਣ ਇਹ ਕੇਸ ਜਿਹੜਾ ਹੈ ਲਗਭਗ ਆਖਰੀ ਦੌਰ 'ਚ ਪਹੁੰਚ ਚੁੱਕਾ ਦੱਸਿਆ ਜਾ ਰਿਹਾ, ਜਿਹੜਾ ਗੁਜਰਾਤ ਦੀ ਡਰੱਗ ਦਾ ਕੇਸ ਹੈ। ਇਸ ਕੇਸ 'ਚ ਹੁਣ ਦੁਬਾਰਾ ਇਸਦੀ ਜਿਹੜੀ ਇੰਟਰੋਗੇਸ਼ਨ ਦੀ ਲੋੜ ਸੀ ਉਹਨਾਂ ਨੂੰ, ਤਾਂ ਉਹਨਾਂ ਨੇ ਪ੍ਰੋਡਕਸ਼ਨ ਰਿਮਾਂਡ ਜਿਹੜਾ ਹੈ ਬਠਿੰਡਾ ਤੋਂ, ਬਠਿੰਡਾ ਜੇਲ੍ਹ 'ਚ ਬੰਦ ਹੈ ਜੀ, ਤਾਂ ਉੱਥੋਂ ਇਹ ਲੈ ਕੇ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਤੋਂ ਇਹ ਡੋਮੈਸਟਿਕ ਫਲਾਈਟ ਰਾਹੀਂ ਗੁਜਰਾਤ ਏਟੀਐਸ ਜਿਹੜੀ ਹੈ ਉਸਨੂੰ ਲੈ ਕੇ ਗਈ ਹੈ। ਤੇ ਇਹ ਕੇਸ ਹੈ, ਕਰੀਬ 1 ਸਾਲ ਪਹਿਲਾਂ ਦਾ ਕੇਸ ਹੈ, ਡਰੱਗ ਦਾ ਕੇਸ ਹੈ। ਮਤਲਬ ਇਹ ਇੱਕ ਤਰ੍ਹਾਂ ਨਾਲ ਇਹ ਸਾਬਤ ਕਰਦਾ ਹੈ ਕਿ ਜਿਹੜਾ ਡਰੱਗ ਕ੍ਰਾਈਮ ਤੇ ਜਿਹੜਾ ਇਹ ਨੈਕਸਸ ਹੈ ਇਹ ਇਕੱਠਾ ਹੈ, ਜਿਹੜਾ ਕਿ ਜਿਵੇਂ ਐਨਆਈਏ ਜਾਂਚ ਕਰ ਰਹੀ ਹੈ ਨਾਰਕੋ ਟੈਰਰਿਜ਼ਮ ਦੇ ਉੱਤੇ, ਕਿ ਜਿਹੜੇ ਗੈਂਗਸਟਰ ਨੇ ਇਹ ਨਾਰਕੋ ਟੈਰਰਿਜ਼ਮ ਦਾ ਹਿੱਸਾ ਨੇ। ਨਾਰਕੋ ਟੈਰਰਿਜ਼ਮ ਮਤਲਬ ਜੋ ਨਸ਼ਿਆਂ ਵਾਸਤੇ ਆਤੰਕ ਫੈਲਾਇਆ ਜਾਂਦਾ ਹੈ, ਡਰੱਗ ਮਨੀ ਦੇ ਨਾਲ ਜਿਹੜਾ ਹੈ ਇਹਨਾਂ ਦਾ ਸਾਰਾ ਧੰਦਾ ਚੱਲਦਾ ਹੈ। ਜੋ ਡਰੱਗ ਮਾਫੀਆ ਹੈ ਉਹ ਇਹਨਾਂ ਨੂੰ ਓਪਰੇਟ ਕਰ ਰਿਹਾ ਹੈ, ਐਕਸਟੋਰਸ਼ਨਸ ਵੀ ਇਹਦਾ ਇੱਕ ਪਾਰਟ ਹੈ, ਤੇ ਦੂਸਰਾ ਫਿਰ ਇਸ ਤੋਂ ਬਾਅਦ ਜਿਹੜਾ ਸੈਲੀਬ੍ਰਿਟੀਜ਼ ਨੇ ਉਹਨਾਂ ਦੀਆਂ ਜਿਹੜੀਆਂ ਨੇ ਕਿਲਿੰਗ ਜਿਹੜਾ ਨੇ ਉਹ ਦੂਜਾ ਪਾਰਟ ਹੈ, ਤਾਂ ਕਿ ਆਪਣਾ ਦਬਦਬਾ ਬਣਾ ਕੇ ਰੱਖਿਆ ਜਾ ਸਕੇ, ਖੌਫ ਬਣਿਆ ਰਹੇ। ਸੋ ਇਹ ਚੀਜ਼ਾਂ ਇਸ ਤੋਂ ਜਿਹੜਾ ਸਾਬਤ ਹੁੰਦੀਆਂ ਨੇ, ਜਿਵੇਂ ਕਿ ਪਹਿਲਾਂ ਵੀ ਖੁਲਾਸਾ ਹੋਇਆ ਹੈ ਕਿ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਜਾਂ ਵਿਕਰਮ ਬਰਾੜ ਜਿਹੜਾ ਪਿੱਛੇ ਫੜਿਆ ਗਿਆ, ਸਚਿਨ ਥਾਪਨ ਫੜਿਆ ਗਿਆ ਇਹਦਾ ਭਾਣਜਾ, ਇਹਨਾਂ ਦੇ ਕਰੀਬ 700 ਦੇ ਕਰੀਬ ਬੰਦੇ ਜਿਹੜੇ ਨੇ ਇਹਨਾਂ ਦੇ ਨਾਲ ਇੰਗੇਜ ਨੇ, ਜਿਹੜੇ 'ਚ ਨੌਰਥ ਇੰਡੀਆ 'ਚ ਸਭ ਤੋਂ ਜ਼ਿਆਦਾ ਨੇ ਜਿਹੜੇ ਸ਼ੂਟਰ ਨੇ। ਤੇ ਉਹ ਸ਼ੂਟਰਾਂ ਦੇ ਕੋਲ ਆਧੁਨਿਕ ਹਥਿਆਰ ਨੇ, ਈਵਨ ਕਿ ਕਈ ਹਥਿਆਰ ਐਸੇ ਵੀ ਨੇ ਜਿਹੜੇ ਸ਼ਾਇਦ ਸਟੇਟ ਪੁਲਿਸ ਕੋਲ ਵੀ ਨਹੀਂ ਹੈਗੇ, ਖਾਸ ਕਰ ਜਿਨ੍ਹਾਂ ਹਥਿਆਰਾਂ ਨਾਲ ਸਿੱਧੂ ਮੂਸੇਵਾਲਾ ਨੂੰ 30-32 ਗੋਲੀਆਂ ਮਾਰੀਆਂ ਗਈਆਂ ਜੀ। ਤਾਂ ਇਹ ਇਹਨਾਂ ਕੋਲ ਗੱਡੀਆਂ ਨੇ, ਆਲੀਸ਼ਾਨ ਰਹਿਣ ਦੇ ਟਿਕਾਣੇ ਨੇ, ਵੱਡੇ ਵੱਡੇ ਬੰਦੇ। ਅਯੋਧਿਆ ਦੇ ਵਿੱਚ ਆਪਾਂ ਦੇਖਿਆ ਕਿ ਗੈਂਗਸਟਰ ਵਿਕਾਸ ਸਿੰਘ ਉੱਥੋਂ ਦਾ ਸੈਮੀ ਪੋਲੀਟੀਸ਼ੀਅਨ ਹੈ, ਉਹ ਇਹਨਾਂ ਨੂੰ ਸ਼ੈਲਟਰ ਦਿੰਦਾ ਰਿਹਾ, ਉੱਥੇ ਟ੍ਰੇਨਿੰਗ ਕਰਾਉਂਦਾ ਰਿਹਾ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਦੀ। ਤਾਂ ਇੱਥੋਂ ਪਤਾ ਲੱਗਦਾ ਹੈ ਕਿ ਇਹ ਜਿਹੜੀ ਡਰੱਗ ਮਨੀ ਹੈ, ਦੇਖੋ 194 ਕਰੋੜ ਦੀ ਡਰੱਗ, 34 ਕਿਲੋ ਜਿਹੜੀ ਹੈਰੋਇਨ ਫੜੀ ਗਈ ਜਿਹੜੀ ਹੈ, ਉਹਦਾ ਇੱਕ ਖੇਪ ਫੜੀ ਗਈ ਹੈ, ਜਿਹੜੀਆਂ ਖੇਪਾਂ ਨਹੀਂ ਫੜੀਆਂ ਗਈਆਂ। ਤਾਂ ਉਹ ਪੈਸਾ ਜਿਹੜਾ ਹੈ ਇਹਨਾਂ ਨੇ ਵਰਤਿਆ, ਤੇ ਕਿੱਥੇ ਵਰਤਿਆ ਉਹ ਆਪਾਂ ਨੂੰ ਸਮਝ ਆਉਂਦਾ ਹੈ ਕਿ ਕਿਸ ਤਰ੍ਹਾਂ ਇਹ ਲੋਕ ਕਿੱਥੋਂ ਪੈਸਾ ਇਹਨਾਂ ਨੂੰ ਆਉਂਦਾ ਹੈ, ਤੇ ਕਿਸ ਤਰ੍ਹਾਂ ਇੰਟਰਨੈਸ਼ਨਲ ਜਿਹੜਾ ਡਰੱਗ ਕਾਰਟਲ ਹੈ ਉਹਦਾ ਇਹ ਹਿੱਸਾ ਨੇ, ਖਾਸ ਕਰ ਇਹ ਸਾਊਥ ਏਸ਼ੀਆ ਦਾ, ਜਿਸ 'ਚ ਪਾਕਿਸਤਾਨ, ਅਫਗਾਨਿਸਤਾਨ, ਇੰਡੀਆ ਜਾਂ ਅੱਗੇ ਕਹਿ ਲਓ ਜਾ ਕੇ ਕਿ ਨੇਪਾਲ ਜਾਂ ਹੋਰ ਕੰਟਰੀਜ਼ ਵੀ ਅੱਗੇ ਜਾ ਕੇ ਇੰਗੇਜ ਹੋ ਜਾਂਦੀਆਂ ਨੇ। ਤਾਂ ਉਹ ਜਿਹੜਾ ਡਰੱਗ ਕਾਰਟਲ ਦਾ ਜਿਹੜਾ ਇਹ ਪੈਸੇਜ ਬਣਦਾ ਹੈ, ਜਾਂ ਪਹਿਲਾਂ ਪੰਜਾਬ ਬਣਦਾ ਜਿਹੜਾ ਡਰਾਈ ਬਾਰਡਰ ਹੈ, ਖੁਸ਼ਕ ਬੰਦਰਗਾਹ ਕਹਿ ਸਕਦੇ ਹਾਂ ਆਪਾਂ ਜਿਹਨੂੰ, ਅਤੇ ਜਿਹੜਾ ਗੁਜਰਾਤ ਹੈ ਉੱਥੇ ਜਿਹੜੀ ਸਮੁੰਦਰੀ ਤੱਟ ਹੈ, ਬੰਦਰਗਾਹ ਹੈ, ਉਸ ਦੇ ਰਾਹੀਂ ਕਿਸ਼ਤੀਆਂ ਰਾਹੀਂ ਡਰੱਗ ਆਉਂਦੀ ਹੈ। ਤਾਂ ਇਹ ਜਿਹੜਾ ਰੂਟ ਹੈ ਇਹ ਅੱਗੇ ਜਾ ਕੇ ਡਰੱਗ ਅੱਗੇ ਫੈਲਦੀ ਹੈ ਇਹਨਾਂ ਬਾਰਡਰ ਸਟੇਟਾਂ ਤੋਂ, ਪੰਜਾਬ, ਗੁਜਰਾਤ, ਇਹਨਾਂ ਤੋਂ ਅੱਗੇ ਜਾ ਕੇ। ਸੋ ਇਹ ਇਹ ਇਸ ਕੇਸ ਜੇਕਰ ਲਾਰੈਂਸ ਨੂੰ ਦਾ ਦੋਸ਼ ਸਾਬਤ ਹੋ ਜਾਂਦਾ ਹੈ, ਲਾਰੈਂਸ ਨੂੰ ਸਜ਼ਾ ਵੀ ਹੋ ਜਾਂਦੀ ਹੈ, ਤਾਂ ਇਸ ਤੋਂ ਇਹ ਸਾਬਤ ਹੋ ਜਾਏਗਾ ਕਿ ਸਾਰੇ ਕੁਝ ਦੇ ਪਿੱਛੇ ਜੋ ਵੀ ਇਹ ਕਿਲਿੰਗਸ ਹੋ ਰਹੀਆਂ ਨੇ, ਭਾਵੇਂ ਮੂਸੇਵਾਲੇ ਦੀ ਕਿਲਿੰਗ ਹੈ, ਭਾਵੇਂ ਸਲਮਾਨ ਖਾਨ ਨੂੰ ਧਮਕੀ ਹੈ, ਜਾਂ ਐਕਸਟੋਰਸ਼ਨ ਦਾ ਰੈਕਟ ਜਿਹੜਾ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ, ਵਸੂਲੀਆਂ ਕੀਤੀਆਂ ਜਾ ਰਹੀਆਂ ਨੇ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ ਧਮਕੀਆਂ ਦੇ ਕੇ ਮਾਰਨ ਦੀਆਂ, ਤਾਂ ਇਹਦੇ ਪਿੱਛੇ ਜਿਹੜਾ ਹੈ ਸਾਰਾ ਡਰੱਗ ਮਾਫੀਆ ਹੈ, ਤਾਂ ਕਿ ਡਰੱਗ ਦਾ ਨੈਟਵਰਕ ਜਿਹੜਾ ਉਹਨਾਂ ਦਾ ਕਾਇਮ ਰਹੇ, ਅਤੇ ਡਰੱਗ ਦੇ ਨੈਟਵਰਕ ਦਾ ਆਪਾਂ ਸਮਝ ਆ ਰਹੀ ਹੈ ਕਿ ਕਿਸ ਤਰ੍ਹਾਂ ਕਿਸ਼ਤੀਆਂ ਰਾਹੀਂ ਜਿਹੜੀ ਹੈ, ਜੇਕਰ ਪੰਜਾਬ ਤੋਂ
ड्रोन राही जी ड्रग पहुंचती है फड़ी जा रही है काफी 40 किलो भी फड़ी है, उसको पहला फड़ी है तो समुद्री रस्ते राही भी जरा है जेकर इधरों नहीं सिरे चढ़ती इधरों खेपा फड़न लग जाती है तो वह समुद्री रस्ता अपना लग जाते हैं जरा गुजरात को आप समझ सकते हैं कि उधरों आ रहा है। तो उत्ते भी मुश्तैदी है कि ATS से कोस्ट गार्ड ने फड़ ली थी इस केस के लार्ज बिश्नोई उचेचे तौर पर प्रोडक्शन वराट से बठिंडा जेल तो मोहाली हवाई अड्डे से लिया गया। आप देख रहे होवे फुटेज सारी इंटरनेशनल एयरपोर्ट जरा आले दुआले जी सड़क है एरो सिटी कहने एयरपोर्ट रोड कहने सड़क उस रोड की है तो उतो इन लिया गया तो पूरा सील किया होया छावनी तब्दील थी हवाई अड्डा जोड़ा चंडीगढ़ का मोहाली जोड़ा जिता है तो उस तो बाद प्राइवेट जहाज राही जोड़ा है डोमैसटिक फ्लाइट राही जोड़ा गुजरात लै गई ATS गुजरात जी। जानकारी देने धन्यवाद। दस दिए कि गैंगस्टर लॉरेंस से NDPCS UAPA के तहत गुजरात पुलिस ने केस दर्ज किया है। गुजरात पुलिस का आरोप है कि लॉरेंस ने पाकिस्तान के जो समुद्र के रस्ते चो शिप मंगवाया सी जिस दे विच 194 करोड़ दी ड्रग सी जिस दे हुण जिस मामले दे विच गुजरात पुलिस दे वल्लों कार्रवाई की जा रही है। दस दे कि 2022 च गुजरात ATS अते कास्ट गार्ड ने जॉइंट ऑपरेशन च पाकिस्तान तो आ रही एक वोट नू जब्त किया सी। वोट दे विच 6 पाकिस्तानी नागरिक सवार सन जिन्हां नू पुलिस दे वल्लों गिरफ्तार कर लिया गया सी ते इन्हां दे कोलों तकरीबन 34 किलो हैरोइन बरामद की गई सी जिस दी इंटरनेशनल मार्केट दे विच कीमत 194 करोड़ रुपया दसी जा रही है। तो हुण एक आरोपी अब्दुल्ला ने पुछगिछ दे विच खुलासा किया कि बरामद ड्रग लॉरेंस बिश्नोई दे कहण ते पाकिस्तान तो लियांदी जा रही सी ते उत्थे ही इस दे चलते हुण पुलिस दे वल्लों जो गुजरात पुलिस है उस दे वल्लों लॉरेंस बिश्नोई नू अपनी कस्टडी दे विच लै लिया गया ते इस मामले दे उत्ते पुछगिछ की जाएगी।